ਜੀ ਮੈਂ ਨੂੰਹ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਹੜੀ ਆਪਣੀ ਸੱਸ ਨੂੰ ਕੁੱਟਦੀ ਹੈ। ਮੈਂ ਇਸ ਫਿਲਮ 'ਚ ਵਕੀਲ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਅਤੇ ਮਹਿਤਾਬ ਦੇ ਅਪੋਜ਼ਿਟ, ਐਂਡ ਜਿਹੜੀ ਨੂੰਹ ਬਣਦੀ ਹੈ ਆਪਣੀ ਸੱਸ ਦੇ ਅਪੋਜ਼ਿਟ ਇਲੈਕਸ਼ਨ 'ਚ ਵੀ ਖੜੀ ਹੁੰਦੀ ਹੈ। ਐਂਡ ਆਪਾਂ ਇਸ ਵਾਰ ਇਸ ਫਿਲਮ 'ਚ ਹੋਰਰ ਐਲੀਮੈਂਟ ਵੀ ਐਡ ਕੀਤਾ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਜੀ ਮੈਂ ਨੂੰਹ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਹੜੀ ਆਪਣੀ ਸੱਸ ਨੂੰ ਕੁੱਟਦੀ ਹੈ। ਬਾਕੀ ਜੋਕਸ ਅਪਾਰਟ, ਮੈਂ ਇਸ ਫਿਲਮ 'ਚ ਵਕੀਲ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਅਤੇ ਮਹਿਤਾਬ ਦੇ ਅਪੋਜ਼ਿਟ, ਐਂਡ ਜਿਹੜੀ ਨੂੰਹ ਬਣਦੀ ਹੈ ਆਪਣੀ ਸੱਸ ਦੇ ਅਪੋਜ਼ਿਟ ਇਲੈਕਸ਼ਨ 'ਚ ਵੀ ਖੜੀ ਹੁੰਦੀ ਹੈ। ਐਂਡ ਆਪਾਂ ਇਸ ਵਾਰ ਇਸ ਫਿਲਮ 'ਚ ਹੋਰਰ ਐਲੀਮੈਂਟ ਵੀ ਐਡ ਕੀਤਾ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ। ਸੋ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ ਇਹ ਰੋਲ ਪਲੇ ਕਰਕੇ। ਅੱਛਾ, ਜਿਸ ਤਰੀਕੇ ਦੇ ਨਾਲ ਫਿਲਮ ਤਿਆਰ ਕੀਤੀ ਆ, ਤੁਹਾਨੂੰ ਜਦੋਂ ਮੇਕਅਪ ਤੁਹਾਡਾ ਕਰਨਾ ਹੁੰਦਾ ਸੀ ਉਦੋਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ, ਤਾਂ ਕਿਸ ਤਰੀਕੇ ਨਾਲ ਰਿਹਾ? ਜੀ ਬਿਲਕੁਲ, ਕਿਉਂਕਿ ਬਹੁਤ ਡਿਫਿਕਲਟ ਰਹਿੰਦਾ ਸੀਗਾ ਉਹ। ਉਸ ਤੋਂ ਪਹਿਲਾਂ ਮਤਲਬ ਫਾਈਨਲ ਹੋਣ ਤੋਂ ਪਹਿਲਾਂ ਵੀ ਸਾਡੇ ਬਹੁਤ ਲੁੱਕ ਟੈਸਟ ਹੋਏ ਸੀਗੇ, ਕਿਉਂਕਿ ਜਦ ਤੱਕ ਫਾਈਨਲ ਨਹੀਂ ਹੁੰਦੀ ਕਿ ਕਿਹੜੀ ਲੁੱਕ ਬਣਾਉਣੀ ਹੈ। ਸੋ ਉਸ ਤੋਂ ਪਹਿਲੇ ਆਪਾਂ ਬਹੁਤ ਸਾਰੇ ਟੈਸਟ ਕੀਤੇ, ਫਿਰ ਜਦੋਂ ਫਾਈਨਲਾਈਜ਼ ਹੋਇਆ, ਦੈਨ ਜਦੋਂ ਆਪਾਂ ਸੈੱਟ 'ਤੇ ਹੁੰਦੇ ਸੀ 4-5 ਘੰਟੇ ਲੱਗਦੇ ਸੀਗੇ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ। ਦੈਨ ਫਿਰ ਉਹ ਆਫਟਰ ਦੈਟ ਜਦੋਂ ਵੀ ਮਤਲਬ ਸ਼ੂਟ ਚੱਲਦਾ ਸੀਗਾ, ਮੈਂ ਕੁਝ ਖਾ ਪੀ ਨਹੀਂ ਸਕਦੀ ਸੀ ਪ੍ਰੋਪਰਲੀ, ਹੈ ਨਾ। ਸੋ ਮਤਲਬ ਕਾਫੀ ਡਿਫਿਕਲਟ ਰਿਹਾ ਸੀਗਾ, ਬਟ ਕਹਿੰਦੇ ਆ ਨਾ ਕਿ ਚਲੋ ਮੁਸ਼ਕਿਲਾਂ ਨੂੰ ਐਕਸੈਪਟ ਕਰਕੇ ਹੀ ਹਮੇਸ਼ਾ ਚੀਜ਼ਾਂ ਵਧੀਆ ਹੁੰਦੀਆਂ। ਸੋ ਸਾਡੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਐਂਡ ਕਾਫੀ ਸਾਰੇ ਐਲੀਮੈਂਟਸ ਐਡ ਔਨ ਕੀਤੇ ਹੈ ਸੋ ਦੈਟ ਕਿ ਫਿਲਮ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧੀਆ ਬਣ ਸਕੇ, ਹੋਰ ਜ਼ਿਆਦਾ ਹੋਣੀ ਚਾਹੀਦੀ ਵਧੀਆ। ਮਹਿਤਾਬ ਜੀ, ਤੁਹਾਡੀ ਆਵਾਜ਼ ਬੜੀ ਸੁਰੀਲੀ ਆ, ਫਿਲਮ ਦੇ ਵਿੱਚ ਕਿਹੜਾ ਕਿਹੜਾ ਗੀਤ ਬੋਲਿਆ? ਪਰੀਆਂ ਦੀ ਰਾਣੀ ਮੈਂ ਆਪ ਗਾਇਆ ਅਤੇ ਬਾਕੀ ਹੈਪੀ ਰਾਏ ਕੋਟੀ ਵੀਰ ਅਤੇ ਕਰਮਜੀਤ ਭਾਅ ਜੀ ਸਾਰਿਆਂ ਨੇ ਬਖੂਬੀ ਨਿਭਾਏ ਗਾਣੇ। ਆਵਾਜ਼ ਦਾ ਨਮੂਨਾ ਦਿਖਾ ਦੇ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਜੀ ਮੈਂ ਨੂੰਹ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਹੜੀ ਆਪਣੀ ਸੱਸ ਨੂੰ ਕੁੱਟਦੀ ਹੈ। ਮੈਂ ਇਸ ਫਿਲਮ 'ਚ ਵਕੀਲ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਅਤੇ ਮਹਿਤਾਬ ਦੇ ਅਪੋਜ਼ਿਟ, ਐਂਡ ਜਿਹੜੀ ਨੂੰਹ ਬਣਦੀ ਹੈ ਆਪਣੀ ਸੱਸ ਦੇ ਅਪੋਜ਼ਿਟ ਇਲੈਕਸ਼ਨ 'ਚ ਵੀ ਖੜੀ ਹੁੰਦੀ ਹੈ। ਐਂਡ ਆਪਾਂ ਇਸ ਵਾਰ ਇਸ ਫਿਲਮ 'ਚ ਹੋਰਰ ਐਲੀਮੈਂਟ ਵੀ ਐਡ ਕੀਤਾ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਜੀ ਮੈਂ ਨੂੰਹ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਹੜੀ ਆਪਣੀ ਸੱਸ ਨੂੰ ਕੁੱਟਦੀ ਹੈ। ਬਾਕੀ ਜੋਕਸ ਅਪਾਰਟ, ਮੈਂ ਇਸ ਫਿਲਮ 'ਚ ਵਕੀਲ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਅਤੇ ਮਹਿਤਾਬ ਦੇ ਅਪੋਜ਼ਿਟ, ਐਂਡ ਜਿਹੜੀ ਨੂੰਹ ਬਣਦੀ ਹੈ ਆਪਣੀ ਸੱਸ ਦੇ ਅਪੋਜ਼ਿਟ ਇਲੈਕਸ਼ਨ 'ਚ ਵੀ ਖੜੀ ਹੁੰਦੀ ਹੈ। ਐਂਡ ਆਪਾਂ ਇਸ ਵਾਰ ਇਸ ਫਿਲਮ 'ਚ ਹੋਰਰ ਐਲੀਮੈਂਟ ਵੀ ਐਡ ਕੀਤਾ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ। ਸੋ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ ਇਹ ਰੋਲ ਪਲੇ ਕਰਕੇ। ਅੱਛਾ, ਜਿਸ ਤਰੀਕੇ ਦੇ ਨਾਲ ਫਿਲਮ ਤਿਆਰ ਕੀਤੀ ਆ, ਤੁਹਾਨੂੰ ਜਦੋਂ ਮੇਕਅਪ ਤੁਹਾਡਾ ਕਰਨਾ ਹੁੰਦਾ ਸੀ ਉਦੋਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ, ਤਾਂ ਕਿਸ ਤਰੀਕੇ ਨਾਲ ਰਿਹਾ? ਜੀ ਬਿਲਕੁਲ, ਕਿਉਂਕਿ ਬਹੁਤ ਡਿਫਿਕਲਟ ਰਹਿੰਦਾ ਸੀਗਾ ਉਹ। ਉਸ ਤੋਂ ਪਹਿਲਾਂ ਮਤਲਬ ਫਾਈਨਲ ਹੋਣ ਤੋਂ ਪਹਿਲਾਂ ਵੀ ਸਾਡੇ ਬਹੁਤ ਲੁੱਕ ਟੈਸਟ ਹੋਏ ਸੀਗੇ,
ਕਿਉਂਕਿ ਜਦ ਤੱਕ ਫਾਈਨਲ ਨਹੀਂ ਹੁੰਦੀ ਕਿ ਕਿਹੜੀ ਲੁੱਕ ਬਣਾਉਣੀ ਹੈ, ਸੋ ਉਸ ਤੋਂ ਪਹਿਲੇ ਆਪਾਂ ਬਹੁਤ ਸਾਰੇ ਟੈਸਟ ਕੀਤੇ, ਫਿਰ ਜਦੋਂ ਫਾਈਨਲਾਈਜ਼ ਹੋਇਆ ਦੈਨ ਜਦੋਂ ਆਪਾਂ ਸੈੱਟ 'ਤੇ ਹੁੰਦੇ ਸੀ 4-5 ਘੰਟੇ ਲੱਗਦੇ ਸੀਗੇ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ, ਦੈਨ ਫਿਰ ਉਹ ਆਫਟਰ ਦੈਟ ਜਦੋਂ ਵੀ ਮਤਲਬ ਸ਼ੂਟ ਚੱਲਦਾ ਸੀਗਾ ਮੈਂ ਕੁਛ ਖਾ ਪੀ ਨਹੀਂ ਸਕਦੀ ਸੀ ਪ੍ਰੋਪਰਲੀ, ਹੈ ਨਾ, ਸੋ ਮਤਲਬ ਕਾਫੀ ਡਿਫੀਕਲਟ ਰਿਹਾ ਸੀਗਾ, ਬਟ ਕਹਿੰਦੇ ਆ ਨਾ ਕਿ ਚਲੋ ਮੁਸ਼ਕਿਲਾਂ ਨੂੰ ਐਕਸੈਪਟ ਕਰਕੇ ਹੀ ਹਮੇਸ਼ਾ ਚੀਜ਼ਾਂ ਵਧੀਆ ਹੁੰਦੀਆਂ, ਸੋ ਸਾਡੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਐਂਡ ਕਾਫੀ ਸਾਰੇ ਐਲੀਮੈਂਟਸ ਐਡ ਔਨ ਕੀਤੇ ਹੈ ਸੋ ਦੈਟ ਕਿ ਫਿਲਮ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧੀਆ ਬਣ ਸਕੇ, ਹੋਰ ਜ਼ਿਆਦਾ ਹੋਣੀ ਚਾਹੀਦੀ ਵਧੀਆ। ਮਹਿਤਾਬ ਜੀ, ਤੁਹਾਡੀ ਆਵਾਜ਼ ਬੜੀ ਸੁਰੀਲੀ ਆ, ਫਿਲਮ ਦੇ ਵਿੱਚ ਕਿਹੜਾ ਕਿਹੜਾ ਗੀਤ ਬੋਲਿਆ? ਪਰੀਆਂ ਦੀ ਰਾਣੀ ਹੈ ਮੈਂ ਆਪ ਗਾਇਆ ਅਤੇ ਬਾਕੀ ਹੈਪੀ ਰਾਏ ਕੋਟੀ ਵੀਰ ਅਤੇ ਕਰਮਜੀਤ ਭਾਅ ਜੀ ਸਾਰਿਆਂ ਨੇ ਬਖੂਬੀ ਨਿਭਾਏ ਗਾਣੇ। ਆਵਾਜ਼ ਦਾ ਨਮੂਨਾ ਦਿਖਾ ਦੇ। ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ।